ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀ ਤੇ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਨਵੀਂ ਭਰਤੀ ਦੇ ਬਾਰੇ ਸੋ ਕ੍ਰੈਡਿਟ ਡਿਪਾਰਟਮੈਂਟ ਵਿੱਚ ਭਰਤੀ ਜਿਹੜੀ ਆਈ ਹੈ ਫੀਸ ਉਮਰ ਹੱਦ ਚੋਣ ਪ੍ਰਕਿਰਿਆ ਕੀ ਹੋਏਗੀ ਪੂਰੀ ਅਪਡੇਟ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਭਰਤੀ ਹੈ ਜੀ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਤਾਂ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਸਾਮੀ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਹੈ ਜਿਹਦੇ ਅਨੁਸਾਰ ਸਪੈਸ਼ਲਿਸਟ ਅਫਸਰ ਟੈਕਨੀਕਲ ਅਫਸਰ ਫਾਇਰ ਸੇਫਟੀ ਅਫਸਰ ਫਾਰ ਐਕਸ ਅਫਸਰ ਮਾਰਕੀਟਿੰਗ ਅਫਸਰ ਡਾਟਾ ਐਨਾਲਿਸਟ ਅਤੇ ਹੋਰ ਵੱਖ-ਵੱਖ ਅਸਾਮੀਆਂ ਤੇ ਭਰਤੀ ਜਿਹੜੀ ਕੀਤੀ ਜਾਵੇਗੀ। ਸੋ ਜੋ ਵੀ ਉਮੀਦਵਾਰ ਇਹਨਾਂ ਪੋਸਟਾਂ ਤੇ ਅਪਲਾਈ ਕਰਨਾ ਚਾਹੁੰਦੇ ਆ ਤਾਂ ਵੈਬਸਾਈਟ ਜਰੂਰ ਨੋਟ ਕਰ ਲਿਓ ਪੰਜਾਬ ਸਿੰਧ ਬੈਂਕ .co.in ਇਹ ਸਾਈਟ ਹੈ ਇਸ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਇਹਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਵੀ ਆਖਰੀ ਮਿਤੀ ਆ ਉਹ 20 ਨਵੰਬਰ ਹੈ। ਇਸੇ ਮਹੀਨੇ ਦੀ 20 ਤਰੀਕ ਦਾ ਲਾਸਟ ਤਰੀਕ ਹੈ। ਇਸ ਤੋਂ ਬਾਅਦ ਕੋਈ ਵੀ ਅਰਜੀ ਫਾਰਮ ਜਿਹੜਾ ਅਕਸੈਪਟ ਨਹੀਂ ਕੀਤਾ ਜਾਵੇਗਾ। ਸੋ ਇਹ ਗੱਲ ਦਾ ਤੁਸੀਂ ਜਰੂਰ ਧਿਆਨ ਰੱਖਣਾ ਹੈ। ਉਹ ਅਪਲਾਈ ਪ੍ਰੋਸੈਸ ਇੱਥੇ ਸਟਾਰਟ ਹੋ ਚੁੱਕਿਆ ਹੈ ਤਾਂ ਇਹਨਾਂ ਸਾਮੀਆਂ ਲਈ ਸਿੱਖਿਆਕ ਯੋਗਤਾ ਦੀ ਗੱਲ ਕਰੀਏ ਤਾਂ ਟੈਕਨੀਕਲ ਆਫਸਰ ਆਰਕੀਟੈਕਟ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸਸਤਾ ਤੋਂ ਆਰਕੀਟੈਕਚਰ ਦੀ ਡਿਗਰੀ ਜਿਹੜੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਮੀਦਵਾਰ ਕੋਲ ਸਬੰਧਤ ਖੇਤਰ ਦੇ ਵਿੱਚ 3 ਸਾਲ ਦਾ ਤਜਰਬਾ ਜਿਹੜਾ ਹੋਣਾ ਚਾਹੀਦਾ ਹੈ ਅੱਗੇ ਮਾਰਕੀਟਿੰਗ ਆਫਸਰ ਰਿਲੇਸ਼ਨਸ਼ਿਪ ਮੈਨੇਜਰ ਅਦਿਆਂ ਸਾਮੀਆਂ ਲਈ ਜੋ ਉਮੀਦਵਾਰ ਅਪਲਾਈ ਕਰਨਗੇ ਤਾਂ ਉਹ ਗ੍ਰੈਜੂਏਟ ਹੋਣੇ ਚਾਹੀਦੇ ਹੈ ਅਤੇ ਐਮਬੀਏ ਮਾਰਕੀਟਿੰਗ ਪੀਜੀਡੀਬੀਏ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਪੀਜੀ ਡੀਐਮਬੀ ਬਿਜ਼ਨਸ ਮੈਨੇਜਮੈਂਟ ਪੋਸਟ ਗ੍ਰੈਜੂਏਟ ਡਿਪਲੋਮਾ ਹੋਣਾ ਜਿਹੜਾ ਚਾਹੀਦਾ ਇਹਨਾਂ ਪੋਸਟਾਂ ਦੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਟੈਕਨੀਕਲ ਆਫਸਰ ਆਰਕੀਟੈਕਟ ਫਾਰ ਸੇਫਟੀ ਆਫਸਰ ਫਾਰੈਕਸ ਆਫਸਰ ਮਾਰਕੀਟਿੰਗ ਆਫਸਰ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ਤੇ ਕੀਤੀ ਜਾਵੇਗੀ ਇਸ ਦੇ ਨਾਲ ਹੀ ਡਾਟਾ ਐਨਾਲਿਸਟ ਫਾਰੈਕਸ ਡੀਲਰ ਟ੍ਰੇਜ਼ਰੀ ਡੀਲਰ ਦੇ ਅਹੁਦੇਆਂ ਲਈ ਉਮੀਦਵਾਰਾਂ ਦੀ ਚੋਣ ਹੈ ਜਿਹੜੀ ਇੰਟਰਵਿਊ ਦੇ ਆਧਾਰ ਤੇ ਹੋਵੇਗੀ। ਚੋਣ ਪ੍ਰਕਿਰਿਆ ਨਾਲ ਸੰਬੰਧ ਜਿਹੜੀ ਬਾਕੀ ਜਾਣਕਾਰੀ ਆ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਮਿਲੇਗੀ। ਸੋ ਸਾਈਟ ਤੁਹਾਨੂੰ ਜਿਹੜੀ ਦੱਸ ਦਿੱਤੀ ਹੈ ਉਸ ਸਾਈਟ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ। ਅੱਗੇ ਫੀਸ ਦੀ ਗੱਲ ਕਰੀਏ, ਐਸਸੀਐਸਟੀ ਪੀਡਬਲਿਊਡੀ ਸ਼੍ਰੇਣੀ ਦੇ ਜਿਹੜੇ ਉਮੀਦਵਾਰ ਨੇ ਤਾਂ ਇਹਨਾਂ ਨੂੰ 177 ਰੁਪਏ ਫੀਸ ਅਦਾ ਕਰਨੀ ਪਵੇਗੀ। ਬਾਕੀ ਜੋ ਵਰਗ ਦੇ ਲੋਕ ਨੇ ਤਾਂ ਉਹਨਾਂ ਨੂੰ 1003 ਰੁਪਏ ਫੀਸ ਹੈ ਜਿਹੜੀ ਅਦਾ ਕਰਨੀ ਹੋਏਗੀ। ਸੋ ਬਾਕੀ ਜਾਣਕਾਰੀ ਤੁਹਾਨੂੰ ਵੈਬਸਾਈਟ ਤੇ ਮਿਲੇਗੀ ਸਾਈਟ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਅਪਲਾਈ ਲਿੰਕ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਸੋ ਬਾਕੀ ਅੱਗੇ ਜੋ ਵੀ ਪੋਸਟ ਆਉਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ